दिल्ली विच किसान अपने हकां लई बैठे ने ते पिंडां विच 26 जनवरी दीआं तैयारियां हो रहीआं ने। 26 तरीक नूं दिल्ली विच कीते जा रहे ट्रैक्टर मार्च विच शामिल होण लई पिंडों पिंड ट्रैक्टरां दीआं तैयारियां कीतीआं जा रहीआं ने, जिस दी मिसाल मोगा जिले दे पिंड रौंके कलां च देखण नूं मिली है, जदों पिंड वासियां ने पिंड दे गुरद्वारा साहिब अनाउंसमेंट करके हर घर नूं प्रति किले दे हिसाब नाल 100 रुपए दी सेवा ला के ਇਹ ਸੰਘਰਸ਼ ਨੂੰ ਹੋਰ ਮਜ਼ਬੂਤ ਕਰਨ ਲਈ ਕਦਮ ਚੁੱਕੇ ਨੇ। ਨਾਲ ਹੀ ਵੱਡੀ ਪੱਧਰ ਤੇ ਪਿੰਡ ਵਿੱਚ ਬਣੀਆਂ ਵਰਕਸ਼ਾਪਾਂ ਉੱਪਰ ਟਰੈਕਟਰਾਂ ਉੱਪਰ ਝੰਡੇ ਲਾਏ ਜਾ ਰਹੇ ਨੇ। ਪਿੰਡ ਵਾਸੀਆਂ ਦਾ ਕਹਿਣਾ ਕਿ ਇਸ ਪਿੰਡ ਵਿੱਚੋਂ 100 ਤੋਂ ਉੱਪਰ ਟਰੈਕਟਰ 22 ਜਨਵਰੀ ਨੂੰ ਦਿੱਲੀ ਲਈ ਰਵਾਨਾ ਹੋਣਗੇ। ਹਾਂਜੀ, ਚਲਾਇਆ ਗਿਆ ਜੀ। ਉਹਦੇ ਵਿੱਚ ਸਾਡੇ ਸਾਰੇ ਰਾਉਕੇ ਨਗਰ ਦਾ ਬਹੁਤ ਵੱਡਾ ਸਹਿਯੋਗ ਆ, ਸਾਰੇ ਦੁਕਾਨਦਾਰ ਵੀਰਾਂ ਦਾ ਪੂਰਾ ਵੱਡਾ ਸਹਿਯੋਗ ਆ ਜੀ। 26 ਜਨਵਰੀ ਦੀ 23 ਤਰੀਕ ਨੂੰ ਸਾਡੀ ਰਵਾਨਾ ਇੱਥੋਂ ਪੂਰੀ ਵਧੀਆ ਜੀ। 26 ਨੂੰ ਸਾਡੀ ਪੂਰੀ ਤਿਆਰੀ ਆ ਉੱਥੇ ਜਾਣ ਦੀ, ਸਾਰੇ ਪ੍ਰਬੰਧ ਸਾਡੇ ਕੀਤੇ ਹੋਏ ਆ ਜੀ। ਠੀਕ ਹੈ ਜੀ, ਸਾਰਾ ਪੈਸਾ ਇਕੱਠਾ ਹੋਇਆ ਵਾ, ਸਾਰੇ ਨੌਜਵਾਨ ਵੀਰ ਬਹੁਤ ਜ਼ਿਆਦਾ ਸਾਥ ਦੇ ਰਹੇ ਆ। ਦਿੱਲੀ ਸਰਕਾਰ ਨੂੰ ਅਸੀਂ ਇਹ ਜਾ ਕੇ ਦੱਸ ਦਿਆਂਗੇ ਵੀ ਕਿਸਾਨਾਂ ਨਾਲ ਪੰਗਾ ਲੈਣ ਦਾ ਅਸਰ ਕੀ ਹੁੰਦਾ ਵਾ। ਠੀਕ ਹੈ ਜੀ। ਅਤੇ ਕੋਈ ਇੱਕ ਮੁਹਿੰਮ ਚਲਾਇਆ ਜੋ ਕਿਸਾਨ ਦਿੱਲੀ ਨਹੀਂ ਜਾ ਪਾਏਗਾ ਉਸਦੇ ਉੱਪਰ ਕੋਈ ਜੁਰਮਾਨਾ ਲਗਾਇਆ? ਕੋਈ ਜੁਰਮਾਨਾ ਨਹੀਂ ਗਾ ਜੀ। ਕਿਸਾਨ ਭਰਾਵਾਂ ਨੂੰ ਅਸੀਂ ਜਿਵੇਂ ਸਾਡੇ ਕੋਲ ਜ਼ਮੀਨ ਹੁੰਦੀ ਹੈ 1 ਕਿੱਲਾ, ਉਹਦਾ ਅਸੀਂ 100 ਰੁਪਇਆ ਲਾਇਆ ਕਿਸਾਨ ਭਰਾਵਾਂ ਤੋਂ, ਉਹ ਖੁਸ਼ ਹੋ ਕੇ ਦੇ ਰਹੇ ਆ। ਠੀਕ ਹੈ, ਜਿਹਦੇ ਕੋਲ ਨਹੀਂ ਜ਼ਮੀਨ ਉਹ ਵੀ ਪੂਰਾ ਖੁਸ਼ ਹੋ ਕੇ ਦੇ ਰਿਹਾ ਵਾ, ਕੋਈ ਕਿਸੇ ਨੂੰ ਮਜਬੂਰ ਨਹੀਂ ਕੀਤਾ ਗਿਆ ਗਾ। ਸਾਰੇ ਅਲੋਸਮੈਂਟ ਕਰਾ ਕੇ ਗੁਰਦੁਆਰਾ ਸਾਹਿਬ ਦੇ ਵਿੱਚ ਸਾਰਿਆਂ ਤੋਂ ਖੁਸ਼ੀ ਨਾਲ ਪੈਸੇ ਲਏ ਗਏ ਆ, ਸਾਰਿਆਂ ਦੀ ਸਹਿਮਤੀ ਨਾਲ ਲਏ ਗਏ ਆ। ਠੀਕ ਹੈ ਜੀ। 100 ਟਰੈਕਟਰ ਸਾਡੇ ਪਿੰਡੋਂ ਜਾਊਗਾ, ਬਕਾਇਦਾ ਤੌਰ 'ਤੇ ਵੀਡੀਓ ਬਣਾ ਕੇ ਭੇਜਾਂਗੇ। ਠੀਕ ਹੈ ਜੀ, ਸਾਰਾ ਕੁਛ ਵਧੀਆ ਚੱਲ ਰਿਹਾ ਵਾ, ਪਰ ਦਿੱਲੀ ਸਰਕਾਰ ਨੂੰ ਮਨਾ ਕੇ ਹੀ ਹਟਾਂਗੇ ਅਤੇ ਮਨਾਏ ਬਿਨਾਂ ਪਿੱਛੇ ਨਹੀਂ ਜਾਵਾਂਗੇ। ਟਰੈਕਟਰਾਂ ਦੀਆਂ ਤਿਆਰੀਆਂ ਫੁੱਲ ਹੋ ਰਹੀਆਂ ਜੀ? ਪੂਰੀਆਂ ਫੁੱਲ ਹੋ ਰਹੀਆਂ, ਤੁਹਾਨੂੰ ਵੀ ਦਿਖਾਵਾਂਗੇ ਅਗਲੀ ਵੀਡੀਓ 'ਚ। ਤੋਂ ਲੈ ਕੇ 1 ਟਰੈਕਟਰ ਟਰਾਲੀ ਅਤੇ 12 ਬੰਦਿਆਂ ਦਾ ਜੈਸਾ ਉੱਥੇ ਬੈਠਾ ਏ, ਲੰਗਰ ਲਾਇਆ ਹੋਇਆ ਏ, ਸਾਰਾ ਕੁਛ ਚੱਲਿਆ। ਅੱਗੇ ਵੀ ਸਾਡੇ ਪਿੰਡੋਂ ਸਾਰਾ ਸਮਾਨ ਜਾ ਰਿਹਾ, ਹੁਣ ਵੀ ਜਾਊਗਾ, ਜਿੰਨਾ ਲੰਮਾ ਇਸ ਗ੍ਰਾਂਚ ਚੱਲੂਗਾ ਉਨਾ ਹੀ ਲੰਮਾ ਸਾਡਾ ਸਮਾਨ ਜਾਈ ਜਾਊਗਾ। ਸਾਨੂੰ ਕਿਸੇ ਚੀਜ਼ ਦੀ ਪਰਵਾਹ ਨਹੀਂ, ਅਸੀਂ ਕਿਸਾਨ ਜਥੇਬੰਦੀਆਂ ਦੇ ਨਾਲ ਹਾਂ। ਸਾਡੇ ਰਾਉਕੇ ਕਲਿਆਂ ਦਾ ਪੂਰਾ ਵੱਡਾ ਸਹਿਯੋਗ। ਸਾਡੇ 'ਤੇ ਸਰਕਾਰ ਨੇ 3 ਕਾਲੇ ਕਾਨੂੰਨ ਥੋਪੇ ਆ, ਅਸੀਂ ਉਹਦੇ ਸੰਬੰਧ ਦੇ ਵਿੱਚ ਲੰਮੇ ਸਮੇਂ ਤੋਂ ਸਾਡਾ ਸੰਘਰਸ਼ ਚੱਲ ਰਿਹਾ ਸੀ, ਕਿਉਂਕਿ ਜਾਣੀ ਕਿ 10ਵੇਂ ਰਾਊਂਡ ਦੇ ਵਿੱਚ ਮੀਟਿੰਗ 15 ਨੂੰ ਕਹਿ ਰਹੇ ਕਰ ਰਹੇ ਆ, ਕੋਈ ਸਾਨੂੰ ਹੱਲ ਨਹੀਂ ਮਿਲ ਰਿਹਾ। ਸਾਡੇ ਕਿਸਾਨ ਵੀਰਾਂ ਨਾਲ ਅਸੀਂ ਮੀਟਿੰਗਾਂ ਕਰਕੇ ਅਸੀਂ ਜਥੇ ਇੱਥੇ ਪਿੰਡ ਦੇ ਵਿੱਚ ਆਪਦੇ ਪਿੰਡ ਦੇ ਵਿੱਚ ਅਸੀਂ ਕਿਸਾਨ ਭਰਾਵਾਂ ਦੇ ਨਾਲ ਦੁਕਾਨਦਾਰ ਵੀਰਾਂ ਨਾਲ ਮਜ਼ਦੂਰਾਂ ਨਾਲ ਸਾਰਿਆਂ ਨਾਲ ਇੱਕ ਕਰਕੇ ਅਸੀਂ ਵਾਸ਼ ਇਕੱਠੀ ਕੀਤੀ ਆ। ਕਈਆਂ ਵੀਰਾਂ ਨੇ ਸਾਨੂੰ ਤਕਰੀਬਨ ਕਿਸਾਨ ਵੀਰਾਂ ਨੇ 10,000 ਰੁਪਇਆ ਵੀ ਦਿੱਤਾ, ਦੁਕਾਨਦਾਰ ਵੀਰਾਂ ਨੇ ਵੀ ਕਿਸੇ ਨੇ 1,000 ਕਿੰਨੇ ਕਿੰਨਾ ਜਾਣੀ 12-13 ਲੱਖ ਰੁਪਇਆ ਸਾਡੇ ਕੋਲ ਇਕੱਠਾ ਹੋ ਚੁੱਕਿਆ। ਇਹਦੇ ਵਿੱਚ ਅਸੀਂ ਕੋਈ ਪਾਰਟੀ ਲੈਵਲ ਨਹੀਂ, ਅਸੀਂ ਪਾਰਟੀ ਲੈਵਲ ਤੋਂ ਪਾਸੇ ਹਟ ਕੇ ਅਸੀਂ ਇੱਕ ਕਿਸਾਨ ਹੋਣ ਦੇ ਨਾਂ 'ਤੇ ਮੋਦੀ ਸਾਹਿਬ ਨੂੰ ਇਹ ਦੱਸਣਾ ਚਾਹੁੰਦੇ ਹਾਂ ਵੀ ਅਸੀਂ ਟੈਕ ਕੇ ਵਹਿਣ ਵਾਲੇ ਨਹੀਂ। ਜਿੰਨਾ ਚਿਰ ਤੁਸੀਂ 3 ਕਾਲੇ ਕਾਨੂੰਨ ਰੱਦ ਨਹੀਂ ਕਰਦੇ, ਜਿੰਨਾ ਮਰਜ਼ੀ ਸਾਨੂੰ ਸੰਘਰਸ਼ ਲੰਮਾ ਕਰਨਾ ਪੈ ਜਾਵੇ ਅਸੀਂ ਕਰਾਂਗੇ। ਸਾਨੂੰ ਕੋਈ ਪ੍ਰਵਾਹ ਨਹੀਂ, ਪੈਸੇ ਦੀ ਕੋਈ ਪ੍ਰਵਾਹ ਨਹੀਂ, ਨਗਰ ਦਾ ਬਹੁਤ ਸਹਿਯੋਗ ਹੈ। ਤਕਰੀਬਨ ਤੁਹਾਨੂੰ ਅਸੀਂ ਮੈਂ ਪਹਿਲਾਂ ਵੀ ਦੱਸਿਆ ਸੀ ਅਸੀਂ 80 ਟਰੈਕਟਰ ਸਾਡੇ ਕੋਲ ਲਿਖੇ ਪਏ ਆ, ਜਿਨ੍ਹਾਂ ਨੇ ਨੈੱਟ ਲਿਖਾਏ ਵੀ 80 ਟਰੈਕਟਰ ਤੁਰਨਗੇ। ਹੋ ਸਕਦਾ ਸਾਨੂੰ 80 ਤੋਂ ਉੱਪਰ 100 ਟਰੈਕਟਰੀ ਹੋ ਜੇ, ਕਿਉਂਕਿ ਲੋਕਾਂ 'ਚ ਬਹੁਤ ਫੱਟੀਆਂ ਭੈਣਾਂ 'ਚ ਵੀਰਾਂ ਬਜ਼ੁਰਗਾਂ 'ਚ ਬੜੀ ਹਿੰਮਤ ਆ, ਉਤਸ਼ਾਹ, ਹਰੇਕ ਆ ਕੇ ਦੱਸਦਾ ਵੀ ਅਸੀਂ ਜਾਣਾ ਅਸੀਂ ਜਾਣਾ। 80 ਟਰੈਕਟਰ ਸਾਡੇ ਕੋਲ ਲਿਖੇ ਵੇ ਆ, 80 ਤੋਂ 100 ਤਾਂ ਹੋ ਸਕਦਾ, ਜਾਣੀ 80 ਤੋਂ 79 ਨਹੀਂ ਹੋਣਗੇ। ਦਿੱਲੀ ਜਾਣ ਲਈ ਅਸੀਂ ਜਸਪਾਲ ਸਿੰਘ ਜੀ ਕਿੰਨੀ ਕੁ ਗਿਣਤੀ 'ਚ ਜਿਹੜੇ ਲੋਕ ਇੱਥੋਂ ਰਵਾਨਾ ਹੋਣਗੇ? ਅਸੀਂ ਮੰਨ ਕੇ ਚੱਲੋ ਜੀ ਤਕਰੀਬਨ 80 ਟਰੈਕਟਰ ਦੇ ਵਿੱਚ ਜੇ ਤੁਸੀਂ ਲਾਵੋ, ਇੱਕ ਤਾਂ ਅਸੀਂ ਟਰਾਲੇ ਸਾਡੇ ਕੋਲ ਵੱਡੇ ਟਰੈਕਟਰਾਂ, ਮਗਰ ਤੁਸੀਂ ਦੇਖੋ ਬਾਹਲਾ ਨਹੀਂ, ਅਸੀਂ ਤੁਹਾਨੂੰ ਕਹਿ ਸਕਦੇ 650-650 ਬੰਦੇ ਦੇ ਕਰੀਬ ਇੱਥੋਂ ਰਵਾਨਗੀ ਕਰਾਂਗੇ। ਮੇਰੇ ਵੱਲੋਂ ਫ੍ਰੀ ਸੇਵਾ ਚੱਲਦੀ, 26 ਜਨਵਰੀ ਨੂੰ ਸਾਡੀ ਫੁੱਲ ਤਿਆਰੀ ਸਾਡੇ ਪਿੰਡ ਵੱਲੋਂ ਜੀ, ਅਸੀਂ ਝੰਡਿਆਂ ਦੀ ਸੇਵਾ ਫ੍ਰੀ ਕਰਦੇ ਜੀ। ਘੱਟੋ ਘੱਟ ਦਿਹਾੜੇ 'ਚ 5-6 ਝੰਡੇ, ਜ਼ਿਆਦਾ ਵੀ ਲੱਗ ਜਾਂਦੇ 1-2 ਘੰਟਿਆਂ ਦੇ ਵੀ ਲਾ ਦਈਏ। ਆਹ ਬਾਈ ਵੀ ਮਿਸੋਂ ਟਰੈਕਟਰ 'ਤੇ ਝੰਡਾ ਲਵਾਉਣ ਆਇਆ ਜੀ, ਇਹ ਕਹਿੰਦਾ ਝੰਡਾ ਲਾਉਣਾ 26 ਜਨਵਰੀ ਨੂੰ ਜਾਣਾ, ਪੂਰੀ ਸਾਡੀ ਫੁੱਲ ਤਿਆਰੀ ਆ, ਪੂਰਾ ਸਹਿਯੋਗ ਦੇ ਰਿਹਾ, ਸਾਡਾ ਪਿੰਡ ਵੀ ਦੇ ਰਿਹਾ, ਮੈਂ ਵੀ ਆਦਮੀ ਨੂੰ ਕਿੰਨੀ ਸੇਵਾ ਕਰ ਰਿਹਾ, ਮੈਂ ਵਰਕਸ਼ਾਪ ਦਾ ਕੰਮ ਕਰਦਾ ਜੀ, ਮੈਂ ਫ੍ਰੀ ਸੇਵਾ ਕਰਦਾ ਕਿੰਨੀ ਕਰਦਾ। ਰੋਜ਼ਾਨਾ ਕਿੰਨਾ ਟਰੈਕਟਰ ਆ ਜਾਂਦਾ? ਰੋਜ਼ਾਨਾ ਜੀ ਘੱਟੋ ਘੱਟ 6-7 ਟਰੈਕਟਰਾਂ ਦੇ ਲਾ ਦਿੰਦੇ ਹਾਂ, 1-2 ਘੰਟਿਆਂ ਦੇ ਵੀ ਲਾ ਦਈਦੇ। ਨਹੀਂ, ਜਿਸ ਤਰ੍ਹਾਂ ਵੀ ਟਰੈਕਟਰ ਆਪਣੇ ਪਾਸ ਆ ਰਿਹਾ, ਇਹ 26 ਜਨਵਰੀ ਕਰਕੇ ਆ ਰਿਹਾ ਕਿ ਪਹਿਲਾਂ ਵੀ ਆਪਣੇ ਪਾਸ ਇੰਨੇ? ਪਹਿਲਾਂ ਵੀ ਆਉਂਦੇ ਸੀਗੇ ਜੀ, ਹੁਣ 26 ਜਨਵਰੀ ਨੂੰ ਪੂਰਾ ਤਿਆਰੀ ਹੈ ਜੀ ਸਾਡੇ, ਹੁਣ ਥੋੜ੍ਹੇ ਜ਼ਿਆਦਾ ਆ ਰਹੇ, 26 ਜਨਵਰੀ ਨੂੰ ਪੂਰਾ ਤਿਆਰੀ ਹੈ। ਕਹਿੰਦੇ ਕਿਸਾਨ ਜਥੇਬੰਦੀਆਂ ਦਾ ਕਹਿਣਾ ਸੀਗਾ ਵੀ ਪਿੰਡ ਮੈਂ ਟਰੈਕਟਰ ਲੈ ਕੇ ਆਵਾਂਗੇ, ਉਵੇਂ ਸਾਡੇ ਪਿੰਡ ਵੱਲੋਂ ਫੁੱਲ ਤਿਆਰੀ ਆ ਵੀ ਅਸੀਂ 26 ਜਨਵਰੀ ਨੂੰ ਜਾਣਾ ਜੀ। ਸਾਰੇ ਹੀ 26 ਤਰੀਕ ਨੂੰ ਦਿੱਲੀ ਜਾਵਾਂਗੇ ਤੇ ਜ਼ਰੂਰ ਜਾਵਾਂਗੇ, ਕਿਉਂਕਿ ਜਿਹੜੇ ਕਾਨੂੰਨ ਆ ਉਹ ਸਾਡੇ ਹੱਕ ਦੇ ਨਹੀਂ ਹਨ, ਜੋ ਸਾਰੇ ਹੀ ਗਲਤ ਹਨ, ਇਸ ਕਰਕੇ ਅਸੀਂ ਸਾਰੇ ਹੀ ਉੱਥੇ ਦਿੱਲੀ ਜਾਵਾਂਗੇ। ਆਪਣੇ ਵੱਲੋਂ ਕਿਸ ਤਰ੍ਹਾਂ ਤਿਆਰੀ ਕੀਤੀ ਗਈ? ਅਸੀਂ ਸਾਰੇ ਪੂਰਾ ਪਰਿਵਾਰ ਆਸ ਗੁਆਂਢ ਸਾਰੇ ਇਕੱਠੇ ਟਰੈਕਟਰ ਤੇ ਇਕੱਠੇ ਹੀ ਜਾਵਾਂਗੇ। ਆਪਣੇ ਪਰਿਵਾਰ ਸੇ ਕੌਣ ਕੌਣ ਜਾ ਰਿਹਾ ਦਿੱਲੀ?
हमारे परिवार से सब सारे ही लोग जा रहे हैं। बलजीत सिंह जी, 26 तरीक नु जेड़ा दिल्ली दे विच ट्रैक्टर मार्च कढ़िया जा रहा, तुहाडे पिंड तो भी जा रहे ट्रैक्टर? हां जी। ये तुसी भी जा रहे ट्रैक्टर? जावांगे जी। असि किन्नी गिनती जा रहे? असि वध तो वध बहुत ज्यादा इथों चलांगे जी। उस दिन जिवें मोदी ये चुप किया बैठा, कोई किसानी जिहड़ा मुद्दियां नू विचार नहीं रहा। हाँ जी। मीटिंगां जिन्नियां भी मीटिंगां बेसटा रही, थोड़ा ये बारे की कहना? असी मीटिंगां मनाए बगैर कोई कुछ करी जाए जी, जिन्ना चिर सह कानून रद्द नहीं करता असी मरांगे जां मना के छड्डांगे जी। जिवें हुण 26 तो बाद च संघर्ष लम्मा पैंदा, फिर तुहाडा उत्ते रहिण दा की चक्कर? असी रहांगे, असी मुड़ना ही नहीं गए, जां तां मर के आवांगे, नहीं असी मुड़ना ही नहीं उत्थों। साडे पिंड दे विच साडी कमेटी बणी आई 40-50 दी, 8 साडे पिंड दे ਗੁਆੜ ਹੈ ਜੀ, ਪੱਤੀਆਂ ਹੈ, ਉਹਨਾਂ ਵਿੱਚੋਂ 5-5 ਬੰਦੇ ਲੈ ਕੇ 40 ਬੰਦਿਆਂ ਦੀ ਕਮੇਟੀ ਬਣਾਈ ਗਈ ਆ। 40 ਬੰਦਿਆਂ ਦੀ ਕਮੇਟੀ ਨੇ ਇੱਕ ਗੁਆੜ ਦੇ ਵਿੱਚੋਂ 10 ਟਰੈਕਟਰ ਤੋਰਨੇ ਆ ਜੀ। 80 ਟਰੈਕਟਰ ਅਸੀਂ ਇੱਥੋਂ ਸਣੇ ਕਾਫਲਾ ਲੈ ਕੇ ਤੋੜਾਂਗੇ। ਟਰਾਲੀਆਂ ਵੀ ਹੋਣਗੀਆਂ, ਵਿੱਚ ਮਾਈਆਂ ਨੇ ਵੀ ਜਾਣਾ, ਬੱਚੇ ਵੀ ਆ, ਬਜ਼ੁਰਗ ਵੀ ਆ ਸਾਡੇ। ਸਾਰਾ ਨਗਰ ਸਾਨੂੰ ਫੁੱਲ ਸਹਿਯੋਗ ਦੇ ਰਿਹਾ। ਹੋ ਸਕਦਾ 80 ਟਰੈਕਟਰ ਤੋਂ ਵੱਧ ਕੇ ਸਾਡਾ 100 ਟਰੈਕਟਰ ਵੀ ਹੋ ਜੇ, 120 ਵੀ ਹੋ ਸਕਦੇ ਆ। ਸਾਡੇ ਪਿੰਡ ਦਾ ਪਹਿਲਾਂ ਲੰਗਰ ਵੀ ਚੱਲ ਰਿਹਾ ਉੱਥੇ, ਰੋਕੇ ਕਲਾਂ ਦਾ ਜੀ, ਬਾਬਾ ਬਘੇਲ ਸਿੰਘ ਦੇ ਨਾਂ ਤੇ ਚੱਲ ਰਿਹਾ ਸਾਡੇ। ਆਪ ਕਿਸ ਤਰ੍ਹਾਂ ਸਹਿਮਤੀ ਦੇ ਦੋ ਜੋ ਮੁਹਿੰਮ ਚਲਾਇਆ ਗਿਆ? ਆਪ ਮੈਂ ਏਦਾਂ ਹੀ ਸਾਡੇ ਜ਼ਿਮੀਂਦਾਰ ਭਾਈਆਂ ਨੂੰ ਜਿਹੜੇ ਸੀਗੇ ਸਾਰੀ ਕਮੇਟੀਆਂ ਫੈਸਲਾ ਕਰਕੇ 1 ਕਿੱਲੇ ਨੂੰ 100 ਰੁਪਇਆ ਲਾਇਆ ਸੀਗਾ ਜੀ। ਜੇ ਜ਼ਿਮੀਂਦਾਰ ਕੋਲ 1 ਕਿੱਲਾ ਉਹ 100 ਰੁਪਇਆ, ਜਿਹਦੇ ਕੋਲ 20 ਕਿੱਲੇ ਉਹ 2000 ਦੇ ਰਿਹਾ ਹੈ, ਇਹ ਤੋਂ ਵੱਧ ਕਈ ਪੈਸੇ ਦੇ ਰਿਹਾ, ਜਿਹਦੇ ਕੋਲ ਜ਼ਮੀਨ ਹੈ ਨਹੀਂ ਉਹ ਵੀ 20 ਪੈਸੇ ਦੇ ਰਿਹਾ। ਆਪਣੇ ਪਾਸ ਕਿੰਨਾ ਜ਼ਮੀਨ ਹੈ? ਮੇਰੇ ਪਾਸ 11 ਏਕੜ। ਆਪਣੇ ਕੋਈ ਪੈਸਾ ਵਗੈਰਾ? ਮੈਂ 1100 ਰੁਪਇਆ ਫੰਡ ਦਿੱਤਾ ਵੀ, ਉਹ ਫੰਡ ਤੋਂ ਬਗੈਰ, ਜ਼ਮੀਨ ਤੋਂ ਬਗੈਰ ਅੱਡ ਵੀ ਫੰਡ ਦੇ ਰਿਹਾ ਜੀ। ਹੋਰ ਭੈਣ ਭਾਈ ਸਾਡਾ ਬਹੁਤ ਸਾਰਾ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਇਹ ਸੰਘਰਸ਼ ਹੁਣ ਇੰਨਾ ਤੇਜ਼ ਹੋ ਜਾਵੇਗਾ ਕਿ ਉਹਨਾਂ ਚਿਰ ਅਸੀਂ ਦਿੱਲੀ ਤੋਂ ਵਾਪਸ ਨਹੀਂ ਪਰਤਾਂਗੇ ਜਿੰਨਾ ਚਿਰ ਇਹ ਕਾਲੇ ਕਾਨੂੰਨ ਰੱਦ ਨਹੀਂ ਹੋ ਜਾਂਦੇ। ਪੰਜਾਬ ਦੇ ਪਿੰਡਾਂ ਵਿੱਚ 26 ਜਨਵਰੀ ਦੀਆਂ ਤਿਆਰੀਆਂ ਜ਼ੋਰਾਂ 'ਤੇ ਨੇ। ਮੋਗਾ ਤੋਂ ਹਰਪਾਲ ਸਿੰਘ ਦੀ ਰਿਪੋਰਟ, ਸੁਰਖਾਬ TV।